ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ ਹਸਨਪੁਰ ਲੁਧਿਆਣਾ, ਉਹ ਸੰਸਥਾ ਜਿਹੜੀ ਕਿ ਉਹਨਾਂ ਲੋਕਾਂ ਦਾ ਵੀ ਸਹਾਰਾ ਬਣਦੀ ਹੈ ਜਿਨ੍ਹਾਂ ਨੂੰ ਆਪਣੇ ਵੀ ਦੁਰਕਾਰ ਦਿੰਦੇ ਨੇ। ਕਿਸ ਤਰ੍ਹਾਂ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ, ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ, ਜਿੱਥੇ ਕਿ ਆਪਣੇ ਤੱਕ ਉਹਨਾਂ ਤੋਂ ਮੁੱਖ ਮੋੜ ਦਿੰਦੇ ਨੇ। ਅਜਿਹੀ ਹੀ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜੋ ਕਿ ਤੁਹਾਨੂੰ ਵੀ ਝੰਜੋੜ ਕੇ ਰੱਖ ਦੇਵੇਗੀ ਅਤੇ ਸੋਚਣ ਦੇ ਲਈ ਮਜਬੂਰ ਕਰ ਦੇਵੇਗੀ ਕਿ ਅੱਜ ਦੇ ਇਸ ਪਦਾਰਥਵਾਦੀ ਯੁੱਗ ਦੇ ਵਿੱਚ ਲੋਕ ਇੰਨੇ ਜ਼ਿਆਦਾ ਮਤਲਬੀ ਹੋ ਚੁੱਕੇ ਨੇ ਕਿ ਰਿਸ਼ਤਿਆਂ ਤੱਕ ਤੋਂ ਕਿਸ ਤਰ੍ਹਾਂ ਉਹ ਖੌਫ ਖਾਂਦੇ ਨੇ, ਮੁੱਖ ਮੋੜ ਦਿੰਦੇ ਨੇ। ਸੋ ਆਓ ਇਸ ਘਟਨਾ ਵੱਲ ਤੁਹਾਨੂੰ ਲੈ ਚੱਲਦੇ ਹਾਂ। ਅਤੇ ਜੇਕਰ ਤੁਸੀਂ ਵੀ ਵੀਰ ਗੁਰਪ੍ਰੀਤ ਸਿੰਘ ਮਿੱਟੂ, ਜਿਨ੍ਹਾਂ ਦੇ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ ਹਸਨਪੁਰ ਲੁਧਿਆਣਾ, ਜਿਸ ਦੇ ਤਹਿਤ ਕਿ ਉਹਨਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ, ਜੇਕਰ ਉਹਨਾਂ ਦੀ ਸੇਵਾ ਦੇ ਲਈ ਤੁਸੀਂ ਵੀ ਸਲਿਊਟ ਕਰ ਦਿਓ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਵੀਰ ਦੇ ਲਈ ਦੋ ਸ਼ਬਦ ਜ਼ਰੂਰ ਕਰਕੇ ਲਿਖ ਕੇ ਜਾਣਾ, ਜਿਨ੍ਹਾਂ ਨੂੰ ਕਿ ਰੱਬ ਦਾ ਬੰਦਾ ਵੀ ਕਿਹਾ ਜਾਂਦਾ ਹੈ। ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਪੂਰੀ ਵੀਡੀਓ ਵੱਲ। ਭੈਣ ਤੇ ਹਰਵੰਤ ਸਿੰਘ ਦੇ ਬੱਚੇ ਆ, ਘਰ 'ਚ ਵਧੀਆ ਕੰਮ ਕਰਦਾ ਸੀ। ਕਿਸੇ ਟਾਈਮ ਪੰਜਾਬ ਦੇ CM ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਖੜ ਕੇ ਪ੍ਰਸ਼ਾਦਾ ਛਕਣ ਵਾਲਾ, ਰੋਟੀ ਪਾਣੀ ਖਾਣ ਵਾਲਾ ਬੰਦਾ ਸੀ। ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਥੋੜ੍ਹੀ ਟ੍ਰਵਲਿੰਗ ਆਈ, ਡਿਪਰੈਸ਼ਨ ਦੇ ਵਿੱਚ ਚਲਿਆ ਗਿਆ। ਡਿਪਰੈਸ਼ਨ ਇਸ ਲੈਵਲ 'ਤੇ ਵੱਧਦਾ ਗਿਆ, ਬੱਚੇ ਨਿੱਕੇ ਨਿੱਕੇ ਸੀਗੇ। ਇਹ ਭੈਣ ਰਣਜੀਤ ਕੌਰ ਵਿਚਾਰੀ ਨਾ ਤਾਂ ਬੱਚਿਆਂ ਨੂੰ ਪਾਲਣ ਜੋਗੀ, ਨਾ ਇਹਨੂੰ ਸੰਭਾਲਣ ਜੋਗੀ। 2022 ਦੇ ਵਿੱਚ 28 ਤਰੀਕ ਨੂੰ 6ਵੇਂ ਮਹੀਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਵੀਰ, ਉੱਥੇ ਉਹਦੀ ਫੈਕਟਰੀ ਸੀ ਬਿਲਕੁਲ ਨੇੜੇ। ਉਹ ਵੀਰ ਨੇ ਸਾਨੂੰ ਫੋਨ ਕਰਕੇ ਦੱਸਿਆ, ਕਹਿੰਦਾ ਬਾਈ ਮੇਰੀ ਫੈਕਟਰੀ ਦੇ ਬਾਹਰ ਬਾਈ ਘੁੰਮਦਾ ਹੁੰਦਾ, ਵੀ ਬਹੁਤ ਟਾਈਮ ਹੋ ਗਿਆ ਮੈਨੂੰ ਦੇਖਦੇ ਨੂੰ, ਹਾਲਤ ਬਹੁਤ ਮਾੜੀ ਆ। ਫਿਰ ਉੱਥੋਂ ਬਾਈ ਹਰਬੰਸ ਸਿੰਘ ਜੀ ਨੂੰ ਲੈ ਕੇ ਆਉਂਦਾ, ਲਿਆ ਕੇ ਇੱਥੇ ਟ੍ਰੀਟਮੈਂਟ ਸ਼ੁਰੂ ਹੋਇਆ। ਇਹਨਾਂ ਦੇ ਪਰਿਵਾਰ ਨੇ ਵੀ ਬੜੀ ਸਪੋਰਟ ਕੀਤੀ, ਸਪੋਰਟ ਪਰਿਵਾਰ ਦਾ ਦਿੱਤਾ ਹੋਇਆ ਸਾਥ ਆ ਜਿਹੜਾ, ਉਹ ਬਹੁਤ ਛੇਤੀ ਰਿਕਵਰ ਹੋਣ ਦੇ ਵਿੱਚ ਮਦਦ ਕਰਦਾ ਵਾ। ਅਤੇ ਜਿਹੜਾ ਅੱਜ ਹਰਬੰਸ ਸਿੰਘ ਟੋਨੀ ਜੀ 7 ਮਹੀਨਿਆਂ ਦੇ ਵਿੱਚ ਵਾਪਸ ਆਪਣੇ ਘਰ ਚੱਲੇ ਨੇ, ਇਹ ਬਹੁਤ ਧੰਨਵਾਦ ਆ ਪਰਿਵਾਰ ਦਾ ਵੀ, ਭੈਣ ਹੋਣਾ ਦਾ ਵੀ, ਬੱਚਿਆਂ ਦਾ ਵੀ, ਇਹਦੀਆਂ ਜ਼ਿੰਮੇਵਾਰੀ ਆ ਇਹਦੀ ਘਰ ਦੇ ਵਿੱਚ। ਅੱਜ ਇਹ ਬਿਲਕੁਲ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰ ਜਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਅੱਜ ਬਾਪੂ ਨੂੰ ਲੱਭਦੇ ਫਿਰਦੇ ਆ, ਹਰਬੰਸ ਸਿੰਘ ਨੂੰ ਧੋਨੀ ਨੂੰ, ਮਨੁੱਖਤਾ ਦੀ ਸੇਵਾ ਤੋਂ ਵੀਰ ਬਹੁਤ ਬੁਰੀ ਹਾਲਤ ਦੀ ਘੁੰਮਦਾ। ਇਹਨਾਂ ਦੇ ਘਰਦਿਆਂ ਨੇ ਲਾਲਚ ਕਰਕੇ ਸਭ ਤੋਂ ਵਾਪਸ ਲੈ ਆਂਦਾ ਇਹ, ਤੇ ਵਾਪਸ ਲੈ ਕੇ ਫਿਰ ਆ ਕੇ ਫਿਰ ਉਹੀ ਕੋ ਕਰ। ਬਾਬਾ ਜੀ ਸਤਿ ਸ੍ਰੀ ਅਕਾਲ, ਹਰਬੰਸ ਸਿੰਘ ਜੀ ਫੜੇ ਫੜੇ ਫੜੇ। ਹਰਬੰਸ ਮੈਨੂੰ ਜਾਣਦਾ ਕਿ ਨਹੀਂ? ਮੇਰੇ ਮਾਰੇਗਾ? ਨਹੀਂ ਮਾਰਿਆ ਨਹੀਂ, ਹੱਥ ਨਹੀਂ ਮੈਂ ਛੱਡਣਾ, ਹਾਲਤ ਕੀ ਕਰੀ ਫਿਰਦਾ ਫਿਰ ਹਰਬੰਸ? ਚੰਗਾ ਭੋਲਾ ਠੀਕ ਹੋ ਗਿਆ ਸੀ ਤੂੰ? ਹਰਬੰਸ ਇੱਧਰ ਗੱਲ ਸੁਣ ਮੇਰੀ, ਪੁਲਿਸ ਬੁਲਾ, ਪੁਲਿਸ ਬੁਲਾ, ਪੁਲਿਸ ਬੁਲਾ। ਹਰਬੰਸ ਕੀ ਹਾਲ ਕਰੀ ਫਿਰਦਾ? ਜਿੱਦਾਂ ਮਰਜ਼ੀ ਹਾਲ ਤੇ, ਮੇਰੇ ਵੱਲ ਦੇਖ ਇੱਧਰ, ਮੈਂ ਦੇਖ ਲਿਆ ਮੇਰੇ ਵੱਲ ਝਾਕ ਸਰਦਾਰ ਜੀ, ਇੱਧਰ ਗੱਲ ਕਰੋ ਇੱਧਰ, ਛੱਡ ਹੱਥ ਛੱਡ, ਮੈਨੂੰ ਕਹਿ ਰਹੇ ਹੋ ਭਰਾ ਨੂੰ? ਬਾਬਾ ਜੀ ਤੈਨੂੰ ਕਹਿ ਰਹੇ, ਤੈਨੂੰ ਕਹਿ ਰਹੇ ਵੱਡੇ ਭਰਾ ਨੂੰ, ਛੱਡੀ ਛੱਡੀ ਇੱਕ ਮਿੰਟ, ਇੱਕ ਮਿੰਟ, ਹੱਥ ਫੜੇ, ਗੱਲ ਤਾਂ ਫੜ ਹਰਬੰਸ, ਤੈਨੂੰ ਕਹਿੰਦਾ ਹੱਥ ਫੜੇ, ਭਰਾ ਮੇਰਾ ਉੱਪਰ
ਆਪ ਨੂੰ ਕਹਿੰਦੇ ਸਰਪੰਚ ਧੋਖੇ ਨਾਲ 8 ਮਹੀਨੇ ਲੈ ਗਿਆ ਜਾ ਕੇ ਕੋਈ ਨੀ ਭਰਾ ਨੀ ਮੇਰੇ ਦੌਰ ਤੇ ਜਾ ਕੇ ਭਰਾ ਨੀ ਮੇਰਾ ਭਰਾ ਨੀ ਮੇਰਾ ਭਰਾ ਨੀ ਸਾਡਾ ਹਰਬੰਸ ਹਰਬੰਸ ਉਹ ਪੁਲਿਸ ਵਾਲਾ ਹਰਬੰਸ ਭਰਾ ਨੀ ਮੇਰਾ ਕੀ ਹਾਲਤ ਕਰੀ ਫਿਰਦਾ ਤੂੰ ਆਪ ਹਰਬੰਸ ਕੀ ਹਾਲਤ ਕਰੀ ਫਿਰਦਾ ਕਿੰਨਾ ਸੋਹਣਾ ਬਣ ਗਿਆ ਸੀ ਤੂੰ ਹਰਬੰਸ ਗੱਲ ਕੀ ਹੋ ਗਈ ਉਹ ਹਰਬੰਸ ਆਹੀ ਜ਼ਿੰਦਗੀ ਆਹੀ ਜ਼ਿੰਦਗੀ ਮਰਜ਼ੀ ਜ਼ਿੰਦਗੀ ਹਰਬੰਸ ਕੋਲ ਰਹਿੰਦਾ ਉੱਥੇ ਕਿਹੜਾ ਸਾਹਿਬ ਭਾਈ ਜਿਹੜਾ ਆਪੇ ਨਾਂ ਦੱਸੂਗਾ ਕਿਹੜਾ ਸਾਹਿਬ ਜਿਹੜਾ ਵੀ ਸਾਹਿਬ ਹੈਗਾ ਮਾਪੇ ਦੱਸੂਗਾ ਪੁਲਿਸ ਵਾਲਾ ਰਾਜਪਾਈ ਨੂੰ ਬੁਲਾਓ ਬੁਲਾਓ ਚਾਰ ਪੁਲਿਸ ਵਾਲਿਆਂ ਨੂੰ ਪੁਲਿਸ ਵਾਲਾ ਪੁਲਿਸ ਵਾਲਾ ਨੰਗੇ ਪੈਰ ਤੇ ਫਿਰਦਾ ਤੂੰ ਬੂਟ ਬੱਟ ਪਾ ਲਾ ਹੱਥ ਫਰ ਹਰਬੰਸ ਹਰਬੰਸ ਉਹ ਹਰਬੰਸ ਵੀਰ ਜੀ ਤੁਸੀਂ ਪਹਿਲਾਂ 8 ਮਿੰਟ ਤੁਸੀਂ ਧੋਖੇ ਨਾਲ ਮੈਨੂੰ ਚੱਕ ਕੇ ਲੈ ਜਾ ਕੇ ਉੱਥੇ ਕਹਿੰਦੇ ਜਰਦਾ ਨਹੀਂ ਖਾਣਾ ਅਸੀਂ ਫਿਰ ਸਿਰ ਠੰਡੇ ਪਾਣੀ ਡੋਬਦੇ ਰਹੇ ਮੈਂ ਸਾਡੇ ਇੱਥੇ ਫਿਰ ਬਰਾਤ ਨਹਾਉਂਦੇ ਹਾਂ ਐਤਵਾਰ ਦੀ ਆਤਵਾਰ ਤੁਸੀਂ ਕਹਿੰਦੇ ਡੇਰੀ ਨਵਾਉਣਾ ਫਿਰ ਮਾੜੀ ਗੱਲ ਹਰਬੰਸ ਮੈਂ ਕਹਿੰਦਾ ਬਾਬਾ ਜੀ ਕੀ ਹਰਬੰਸ ਬਾਬਾ ਜੀ ਕੀ ਹਰਬੰਸ ਬਾਬਾ ਜੀ ਕੀ ਟੋਨੀ ਬਾਬਾ ਜੀ ਕੀ ਟੋਨੀ ਬਾਬਾ ਜੀ ਕੀ ਟੋਨੀ ਬਾਬਾ ਜੀ ਕੀ ਗਰਦਾਰਾਣੀ ਗੱਲ ਕਰਤੀ ਨਾ ਤੁਸੀਂ ਹਰਬੰਸ ਬਾਬਾ ਜੀ ਕੀ ਹਰਬੰਸ ਬਾਬਾ ਜੀ ਕੀ ਹਰਬੰਸ ਬਾਬਾ ਜੀ ਕੀ ਹਰਬੰਸ ਬਾਬਾ ਜੀ ਕੀ ਤੇਰੀ ਇੰਨੀ ਸ਼ਾਨ ਚ ਕਸੀਦੇ ਪੜੀ ਜਾਂਦੇ ਆ ਤੂੰ ਭਰਾਵਾਂ ਨਾਲ ਹੀ ਲੜੀ ਜਾਂਦਾ ਹੈ ਹਰਬੰਸ ਬਾਈ ਉਹ ਹਰਬੰਸ ਬਾਈ ਪਹਿਲਾਂ ਦੱਸੀ ਤੈਨੂੰ ਅਸੀਂ ਧੱਕੇ ਨਾਲ ਲੈ ਕੇ ਜਾਣਾ ਪਹਿਲਾਂ ਦੱਸੀ ਛੱਡੀ ਮਾੜਾ ਛੱਡੀ ਇਹਨੂੰ ਥੱਡੀ ਨਹੀਂ ਦੱਸ ਛੱਡ ਦੇ ਹੱਥ ਮਿੰਟ ਛੱਡੀ ਧੱਕੇ ਨਾਲ ਲੈ ਕੇ ਜਾਣਾ ਤੈਨੂੰ ਅਸੀਂ ਫਿਰ ਕੀ ਆ ਇਹ ਮੇਰਾ ਤੇਰੇ ਨਾਲ ਸ਼ੁਕਰ ਕਰਦਾ ਤੂੰ ਸਾਡੇ ਨਾਲ ਲੜੀ ਜਾਂਦਾ ਨਹੀਂ ਤੂੰ ਪਹਿਲਾਂ ਮੈਨੂੰ ਦੱਸੀ ਪਹਿਲਾਂ ਤੂੰ ਮੈਨੂੰ ਦੱਸੀ ਤੇਰੀ ਹਾਲਤ ਕੀ ਆ ਬਾਈ ਬਾਦਲ ਬਾਦਲਾਂ ਦੇ ਨਾਲ ਰਿਹਾ ਤੂੰ ਕਿੱਡੀ ਚੜ੍ਹਾਈ ਸੀ ਤੇਰੀ ਬਾਈ ਹੁਣ ਮੰਗਤਾ ਬਣ ਗਿਆ ਹਰਬੰਸ ਚਾਹੇ ਜਿੱਦਾਂ ਮਰਜ਼ੀ ਪਹਿਲਾਂ ਤੋਂ ਮੰਗਤਾ ਅਸੀਂ ਮੰਗਤੇ ਨਾਲ ਕੰਮ ਕਰਦੇ ਮੰਗਤੇ ਆ ਕਾਹਤੋਂ ਸਾਡਾ ਕੰਮ ਹੀ ਮੰਗਣਦੇ ਸਾਰੇ ਮੰਗਤੇ ਰਹਿੰਦੇ ਸੇਰੀਏ ਚ ਸਾਰੇ ਮੰਗਤੇ ਇਕੱਠੇ ਹੋਏ ਭਰਾਵਾ ਤੂੰ ਮੇਰਾ ਜਰਦਾ ਠੀਕ ਲਾਉਂਦੇ ਕਹਿੰਦੇ ਜਰਦਾ ਨੀ ਖਾਣਾ ਕੁਛ ਨੀ ਅਸੀਂ ਨੀ ਜਾਣ ਦੇਣਾ ਬੰਦਾ ਓਏ ਭਰਾਵਾ ਸਾਰੇ ਪਾਸੇ ਕਲੋਨੀ ਸੀਲ ਕਰੋ ਓਏ ਅਸਰ ਰਸਤੇ ਸੀਲ ਕਰੋ ਕਰ ਦਿੰਦੇ ਸੀਲ ਲਾ ਬਾਬਾ ਜੀ ਕਰ ਕਰਤਾ ਸੀਲ ਠੀਕ ਹੈ ਬਾਬਾ ਹਰਬੰਸ ਜੀ ਜੈ ਦਰਜੀ ਹੱਥ ਕਰੋ ਬਾਬਾ ਉਧਰ ਨੂੰ ਆ ਜਾਓ ਉਧਰਲੇ ਪਾਸੇ ਨੂੰ ਆ ਜਾਓ ਮੈਂ ਇੱਥੇ ਖੜੇ ਖੜੇ ਆ ਬੈਠ ਤਾਂ ਕੀ ਆ ਇਹ ਓ ਬੈਠ ਓ ਮਾਤਾ ਜੰਡਾ ਓਏ ਛੱਡਦੇ ਸਾਰਾ ਛੱਡਦੇ ਬਾਬਾ ਆਪਣਾ ਛਡਾਓ ਲੱਕੜ ਦੀ ਕੀ ਆ ਕੀ ਛਡਾਓ ਲੱਕੜ ਦੀ ਜਿਹੜਾ ਉਹ ਹਰਬੰਸ ਦੰਦੀ ਵੱਢਦਾ ਓ ਮੇਰੇ ਓਏ ਦੰਦੀ ਨਾ ਵੱਢ ਓਏ ਇੱਕ ਮਿੰਟ ਬਾਬੇ ਛੱਡ ਦੋ ਵੀ ਬਾਬੇ ਦੀ ਜੈ ਹੋਵੇ ਬੋਲੇ ਸੋਨਿਆ ਹਰਬੰਸ ਸਿੰਘ ਬਾਬਾ ਜੀ ਦੀ ਜੈ ਹੋਵੇ ਆਰਮੀ ਦਾ ਘੇਰਾ ਪਾਉਂਦੇ ਖੜੀ ਆ ਸਾਰੀ ਆਰਮੀ ਖੜੀ ਆ ਰਿਹਾ ਕੋਈ ਨਹੀਂ ਕੋਈ ਨਹੀਂ ਅਸੀਂ ਇਦਾਂ ਨਹੀਂ ਜਾਣ ਦਿੰਦੇ ਫਿਰ ਸਾਡੀ ਆਰਮੀ ਖੜੀ ਆ ਵੀਰੇ ਮੇਰੇ ਕੋਲ ਹੈਗਾ ਸੋਨਾ ਇਹਨਾਂ ਨੇ ਲਾਣਦੇ ਪਏ ਆ ਇਹ
ਮੈਨੂੰ ਨਾ ਮਿਲਿਆ ਕੁਸ਼ਤੀਆਂ ਦੇ ਵਿੱਚ ਲਾਂਦਿਆਂ ਦੇ ਲਾ ਕੁਸ਼ਤੀਆਂ ਦੇ ਮੈਨੂੰ ਲੈ ਗਏ ਮੇਰੇ ਨਗ ਸੀਗੇ ਮੇਰੇ ਕੋਲ ਕਿੰਨੇ ਕਿੰਨੇ ਮਹਿੰਗੇ ਫਿਰ ਤੁਸੀਂ ਲਾ ਕੇ ਲੈ ਗਏ ਅੱਠ ਮਹੀਨੇ ਤੁਸੀਂ ਮੈਨੂੰ ਛੱਡਿਆ ਨੀ ਓਏ ਤੈਨੂੰ ਪਿਆਰ ਕਰਦੇ ਆ ਭਰਾਵਾ ਵੀਰ ਜੀ ਮੇਰਾ ਇੱਥੇ ਘਰ ਆ ਮਕਾਨ ਆ ਇੱਥੇ ਰਹਿਣਾ ਚੱਲ ਹਰਬੰਸ ਬੈਠ ਗੱਡੀ ਚ ਆਪੇ ਬਹਿ ਜਾ ਯਾਰ ਤੈਨੂੰ ਆਖਿਆ ਕਿਵੇਂ ਬਹਿ ਜਾ ਹਰਬੰਸ ਨਹੀਂ ਬਹਿਣਾ ਹਰਬੰਸ ਹਰਬੰਸ ਤੈਨੂੰ ਤੱਕ ਜ਼ੋਰ ਲਾਉਣਾ ਪਊ ਸਾਨੂੰ ਜ਼ੋਰ ਲਾਉਣਾ ਪਊ ਸਾਨੂੰ ਹਰਬੰਸ ਪੁਲਿਸ ਬੁਲਾ ਯਾਰ ਪੁਲਿਸ ਕਿਉਂ ਨਹੀਂ ਆਉਂਦੀ ਓਏ ਆਪ ਪੁਲਿਸ ਆ ਫਿਰ ਜਾਊਗਾ ਓਏ ਆਪ ਬੈਠ ਬੈਠ ਪੁਲਿਸ ਕੋਈ ਰਹੀ ਆ ਹੁਣ ਓ ਕੋਈ ਫਿਰ ਆਊਗੀ ਪੁਲਿਸ ਮੈਂ ਚਲੇ ਜਾਊਂ ਬਾਪੂ ਪਹਿਲਾਂ ਹੀ ਬੈਠਾ ਆ ਰਿਹਾ ਪਹਿਲਾਂ ਹੀ ਬਾਪੂ ਲੱਦ ਕੇ ਲਿਆਂਦਾ ਹਰਬੰਸ ਕੀ ਗੱਲ ਜ਼ੋਰ ਕਾਹਤੋਂ ਲਾਈ ਜਾਂਦਾ ਉਹ ਸੰਨੀ ਦਿਓਲ ਕਾਹਤੋਂ ਬਣਦਾ ਫਿਰ ਸੰਨੀ ਦਿਓਲ ਕਾਹਤੋਂ ਖੜ ਕੇ ਗੱਲ ਕਰ ਚਲੋ ਕੋਈ ਗੱਲ ਨੀ ਚਲੋ ਆ ਜਾਓ ਕੋਈ ਆ ਨੀ ਮੈਂ ਵੀ ਤਾਂ ਨਾਲ ਚੱਲਦਾ ਤੁਹਾਡੇ ਭਰਾ ਮੈਂ ਤੂੰ ਹਾਂ ਕੋਈ ਭਰਾ ਭਰੂ ਨੀ ਮੇਰਾ ਵੀ ਭਰਾ ਨਹੀਂ ਮੈਂ ਖਾਨਾ ਯਾਰ ਤੇ ਤੂੰ ਮੇਰੇ ਯਾਰ ਤੇ ਤੈਨੂੰ ਨਹੀਂ ਰੋਕ ਸਕਦਾ ਤੈਨੂੰ ਕੋਈ ਨਹੀਂ ਰੋਕਦਾ ਨਹੀਂ ਰੋਕਦੇ ਜਾ ਰੋਕਦੇ ਨਹੀਂ ਤੈਨੂੰ ਛੱਡ ਮੈਂ ਇੱਥੇ ਰਹਿਣਾ ਲੈ ਛੱਡਤਾ ਰੋਕਦੇ ਨਹੀਂ ਤੈਨੂੰ ਰੋਕਦੇ ਨਹੀਂ ਤੈਨੂੰ ਹਾਂ ਠੀਕ ਹੈ ਰੋਕਦੇ ਨਹੀਂ ਤੈਨੂੰ ਖੜ ਕੇ ਗੱਲ ਕਰ ਖੜ ਕੇ ਸਾਰੇ ਉਰੇ ਖੜੇ ਆ ਨਾ ਸਾਰੇ ਨੇ ਦੇਖੋ ਕੋਈ ਗੱਲ ਸੁਣ ਫੇਰ ਸਾਈ ਮੈਂ ਖਾਨਾ ਜਰਦਾ ਮੈਂ ਜਰਦਾ ਮੈਂ ਕੋਈ ਨਹੀਂ ਰੋਕ ਤੈਨੂੰ ਨਹੀਂ ਰੋਕ ਮੈਂ ਵੀ ਜਰਦਾ ਖਾਨਾ ਮੇਰੇ ਭਰਾ ਵੀ ਇੱਥੇ ਰਹਿੰਦੇ ਆ ਤੈਨੂੰ ਕੋਈ ਨਹੀਂ ਰੋਕਦਾ ਤੈਨੂੰ 8 ਮਿੰਟ ਤੈਨੂੰ ਜਰਦਾ ਦਿੱਤਾ ਨਹੀਂ ਦਿੱਤਾ ਨਹੀਂ ਦਿੱਤਾ ਨਾਲੇ ਮੈਂ ਸੀਗਾ ਨਾ ਨਾ ਹਫਤੇ ਬਾਅਦ ਠੀਕ ਆ ਨਾ ਹਫਤੇ ਬਾਅਦ ਨਹਾਉਣਾ ਨੇ ਲਿਫਟ ਹੀ ਕਰ ਲਓ ਲਿਫਟ ਕਰ ਲਓ ਨਹੀਂ ਜਾਣਾ ਨਹੀਂ ਤੂੰ ਨਹੀਂ ਨਹੀਂ ਆਪਾਂ ਲੇਟ ਕਰ ਲੈਣੇ ਆ ਹਫਤੇ ਬਾਅਦ ਨਹਾਉਣਾ ਵਾ ਚਾਚਰਾ ਨੂੰ ਫੋਨ ਕਰ ਚਾਚੇ ਨੂੰ ਮਸਨ ਸਾਰੇ ਨੂੰ ਫੋਨ ਕਰੋ ਮਿਲ ਜਾਣਗੇ ਸਭ ਕੁਝ ਮਿਲ ਜੂ ਗੱਡੀ ਜੀ ਰੱਖ ਲਿਆ ਮੈਂ ਤੰਗ ਕਰਨਾ ਤੂੰ ਮੈਨੂੰ ਫੋਨ ਕਰਾ ਦੀ
ਕਹਿੰਦਾ ਮੈਂ ਮੰਸੀ ਨਾਲ ਆਪੇ ਗੱਲ ਕਰ ਦੂੰਗਾ। ਚਲੋ ਕੋਈ ਨਹੀਂ, ਥਾਣੇ ਕੋਲ ਜਾਂਦੇ ਆਪਾਂ, ਥਾਣਾ ਤਾਂ ਕੋਲੇ ਹੀ ਆ। ਤੇ ਥਾਣੇ ਤੱਕ ਉੱਥੇ ਪਹਿਲਾਂ ਭਾਜੀ ਆਏ ਨੇ, ਦੇਖੋ ਲੈਣ ਦੇਖੋ ਭਾਜੀ ਆਏ ਨੇ, ਮੈਂ ਨਹੀਂ ਜਾਣਾ ਵੀਰ, ਤੁਹਾਡਾ ਖਿਆਲ ਰੱਖਣਗੇ ਪੂਰੇ, ਫਿਰ ਉਹੀ ਗੱਲਾਂ ਫਿਰ ਤੁਸੀਂ ਛੱਡਦੇ ਨਹੀਂ। ਜਿਸ ਦਾ ਕੱਕ ਭੇਜੀ ਤੇ ਜਿੱਥੇ ਤੁਹਾਨੂੰ ਪ੍ਰਧਾਨ ਬਣਿਆ, ਤੁਸੀਂ ਇਹ ਗਰਦਾਰੀ ਨਹੀਂ ਕਰਨ ਦੇਣੀ ਹੈ। ਜਾਲੇ ਮੈਂ ਆਪਣੀ ਮਰਜ਼ੀ ਨਾਲ ਰਹੂੰਗਾ ਯਾਰ, ਮੈਂ ਇਹਨਾਂ ਕੋਲ ਕਿਉਂ ਜਾਵਾਂ। ਗੋਗੀ ਕਿੱਥੇ ਆ? ਗੋਗੀ ਗੋਗੀ ਨੂੰ ਬੁਲਾਈ, ਦੇਖੋ ਗੋਗੀ ਦੇਖੋ ਸਾਰੇ ਬਣੀ ਬਾਹ ਫੜੋ ਵੀ ਬਾਪੂ ਹਰਬੰਸ ਪਿਆਰ ਨਾਲ, ਪਿਆਰ ਨਾਲ, ਕੋਈ ਨਾ ਕੋਈ ਨਾ, ਕਿਤੇ ਨੀ ਬੰਨਣ ਨੀ ਪੈਣ ਦੀ ਲੋੜ। ਮੇਰੇ ਨਾਲ ਜਾਓ, ਕਿਤੇ ਜਾਣਾ ਨਾਲ, ਤੂੰ ਬੈਠ ਬਾਈ ਹਰਜੀਤ ਸਿੰਘ, ਤੇਰੂ ਬੈਠ ਚੜ ਨਾਲ ਉੱਤੇ। ਬਹੁਤ ਕੋਈ ਨਾ ਜੀ, ਕੋਈ ਨਾ, ਇਹਦੀ ਇਹਨੂੰ ਸੋਚੀਓ ਨੀ ਹੈਗੀ, ਜੇ ਇਹਨੂੰ ਸੋਚੀ ਹੋਵੇ ਤਾਂ ਘੱਟ ਕਾਹਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜੀ ਮੁਸ਼ਕਲ ਦੇ ਨਾਲ ਕਾਬੂ ਕੀਤਾ ਭਾਈ ਹਰਬੰਸ ਸਿੰਘ ਟੋਨੀ ਨੂੰ, ਬਹੁਤ ਔਖਾ, ਮੈਂਟਲੀ ਠੀਕ ਨਹੀਂ ਹੈਗਾ। ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਸਾਡੇ ਕੋਲ ਆਇਆ ਸੀ, ਲੈ ਕੇ ਗਏ ਸੀ ਇਹਨੂੰ ਅਸੀਂ, ਬਹੁਤ ਬੁਰੀ ਹਾਲਤ। ਉਸ ਤੋਂ ਬਾਅਦ ਇਹ ਵੀਰਾ ਠੀਕ ਹੋ ਗਿਆ, ਜਮਾਂ ਸਾਡੇ ਨਾਲ ਕੰਮ ਕਰਾਉਂਦਾ ਸੀ, ਵਧੀਆ ਰਹਿੰਦਾ ਸੀ। ਘਰਦਿਆਂ ਦੀ ਇੱਕ ਗਲਤੀ ਨੇ, ਇੱਕ ਲਾਲਚ ਨੇ ਇਹਨਾਂ ਦੇ, ਨੇ ਇਹਨਾਂ ਦੁਬਾਰਾ ਫਿਰ ਇੱਦਾਂ ਹੀ ਕਰਤਾ। ਘਰਦਿਆਂ ਨੂੰ ਐਂ ਲੱਗਿਆ ਵੀ ਹੁਣ ਇਹ ਕੰਮ ਦਾ ਹੈਗਾ, ਹੁਣ ਇਹਨੂੰ ਕੰਮ ਤੇ ਲਾਵਾਂਗੇ ਕਿਤੇ, ਤੇ ਕੰਮ ਕਰੂਗਾ, 4 ਪੈਸੇ ਕਮਾਊਗਾ। ਪਰ ਕੰਮ ਤੇ ਧੱਕੀ ਲਾਉਣਾ ਸੀ, ਦੁਬਾਰਾ ਫਿਰ ਉਸੇ ਹਾਲਾਤ 'ਚ ਚਲਿਆ ਗਿਆ ਹਰਬੰਸ ਸਿੰਘ। ਹੁਣ ਫਿਰ ਕਰੀਬ 1 ਸਾਲ ਹੋ ਗਿਆ ਸੜਕਾਂ ਤੇ ਘੁੰਮਦਾ, ਬੁਰੇ ਹਾਲਤ ਨੇ। ਕੋਈ ਨਾ ਕੋਈ ਨਾ, ਬਾਂਹ ਫੜ ਲੈਣ, ਫੜ ਲਾ ਬਾਂਹ, ਫੜ ਫੜਕ ਰੱਖ। ਹਰਬੰਸ ਸਿੰਘ ਹਰਬੰਸ, ਉਹ ਕੌਣ ਆਇਆ ਉਧਰ? ਹਰਬੰਸ ਕੌਣ ਆਇਆ? ਦੇਖ ਇਧਰ ਦੀ ਆਓ, ਇਧਰ ਦੀ ਲਿਆਓ। ਬਹੁਤ ਮਾੜੀ ਗੱਲ ਕੀਤੀ ਤੁਸੀਂ, ਗਲਤੀ ਕੀਤੀ ਬਹੁਤ ਵੱਡੀ, ਸਿਰਫ ਲਾਲਚ ਪਿੱਛੇ, ਤੁਹਾਡੇ ਪਿੱਛੇ ਵੀ ਇਹ ਕੰਮ ਕਰੂਗਾ, 4 ਪੈਸੇ ਕਮਾਊਗਾ, ਉਹੀ ਹਾਲਤ ਕਰਤੀ ਆ, ਸਾਡੇ ਵੀ ਹੱਥ ਵੱਢੇ ਗਏ।
ਤੁਸੀਂ ਚਾਰ ਚਾਰ ਜਾਣਾ ਮੈਨੂੰ ਘੇਰਾ ਪਾਇਆ ਹੁਣ ਵੀ ਤੇ ਮੇਰਾ ਬਾਪੂ ਬਹਿ ਜਾ ਤੂੰ ਤਾਂ ਬੈਠਾ ਰਹਿ ਉਹ ਬੈਠਾ ਰਹਿ ਤੂੰ ਬਾਪੂ ਬੈਠਾ ਰਹਿ ਬਾਪੂ ਨੂੰ ਇੱਧਰ ਕੱਢ ਦੇ ਉੱਪਰ ਦੇ ਬੈਠ ਕਾਕਾ ਨਾਲ ਤੂੰ ਵੀ ਚੱਲ ਬਹਿ ਜਾ ਉੱਪਰ ਨਾਲ ਆਰਿਫ ਹੈਲੋ ਕੀ ਕਰਾਂ ਮੈਂ ਤਾਂ ਤੂੰ ਹਾਰ ਗਈ ਏ ਜਿੱਤ ਗਿਆ ਮੈਂ ਹਾਰ ਗਈ ਫਿਰ ਮੇਰਾ ਹੋ ਗਿਆ ਤੇਰਾ ਡਿਵੋਰਸ ਮੈਂ ਹਾਰ ਗਈ ਠੀਕ ਆ ਤੇ ਮੈਂ ਰਹਿਣਾ ਆਪਣੇ ਸਭ ਕੋਲ ਸਭ ਕਹਿੰਦਾ ਮੈਂ ਨਹੀਂ ਬਾਹਰ ਜਾਣ ਦੇਣਾ ਆ ਕਲੋਨੀ ਕਹਿੰਦਾ ਪੂਰੀ ਸੀਲ ਕਰੋ ਓਏ ਕਲੋਨੀ ਪੂਰੀ ਸੀਲ ਕਰੋ ਕੀ ਹਾਲ ਕਰਤਾ ਤੈਨੂੰ ਕਿਹਾ ਸੀਗਾ ਖਾਂਦੀ ਫਿਰਦੀ ਇਹੀ ਗਲਤੀ ਮੈਂ ਨੂੰ ਕਰ ਲਿਆ ਮੈਂ ਨਹੀਂ ਸੀ ਲਿਆਉਣਾ ਇਹੀ ਗਲਤੀ ਹੋ ਗਈ ਵੱਡੀ ਮੇਰੇ ਤੋਂ ਮੈਂ ਤੈਨੂੰ ਉਦੋਂ ਕਿਹਾ ਸੀ ਭੈਣੇ ਮੈਂ ਸਾਹ ਹੁਣ ਨਹੀਂ ਮੈਂ ਨਹੀਂ ਹੁਣ ਨਹੀਂ ਲੈ ਕੇ ਚਲੋ ਪਿੱਛੇ ਕਰ ਦੋ ਯਾਰ ਪੀੜ ਘਟਾ ਦੋ ਮੈਂ ਨਹੀਂ ਇਹਨੂੰ ਸਾਹ ਵੀ ਨਹੀਂ ਸਕਦੀ ਮੈਂ ਟੋਨੀ ਤੂੰ ਜਵਾਕ ਨਹੀਂ ਪਾਲਣਾ ਆਪਦਾ ਮੇਰੇ ਜਵਾਕ ਆਪੇ ਮੇਰਾ ਪ੍ਰਮਾਤਮਾ ਪਾਲਦਾ ਖਾਦਾ ਕਿੱਦਾਂ ਮੁੰਡਾ ਹੋ ਗਿਆ ਤੇਰਾ ਜਿਹੀ ਛੱਡਣ ਵਾਲੀ ਹੈ ਤੇਰਾ ਜਵਾਕ ਨਹੀਂ ਪਾਲਣਾ ਮਰਜ਼ੀ ਕਰ ਲੋ ਅੱਜ ਕਰੀਬ ਸਾਲ ਬੀਤ ਗਿਆ ਹੁਣ ਠੰਡ ਇੰਨੀ ਜ਼ਿਆਦਾ ਉਦੋਂ ਵੀ ਮਾੜੀ ਹਾਲਤ ਚ ਨਿੰਗਾ ਸਿੰਘਾਂ ਵਾਲਾ ਬਾਣਾ ਪਾ ਕੇ ਦਮਾਲਾ ਬੰਨ ਕੇ ਹੱਥ ਦੇ ਵਿੱਚ ਲੱਕੜਾਂ ਦੇ ਟੁਕੜੇ ਜੇ ਕੱਪੜੇ ਜੇ ਲਪੇਟ ਕੇ ਤੁਰਿਆ ਫਿਰਦਾ ਸੜਕਾਂ ਤੇ ਠੰਡ ਚ ਨੰਗੇ ਪੈਰੀ ਬੁਰੀ ਹਾਲਤ ਫਿਰ ਲੋਕ ਸਾਨੂੰ ਹੁਣ ਫੋਨ ਕਰਦੇ ਆ ਵੀਡੀਓ ਬਣਾ ਕੇ ਭੇਜਦੇ ਆ ਵੀ ਬਾਈ ਜੀ ਇਹ ਬੰਦਾ ਤਾਂ ਤੁਹਾਡੇ ਕੋਲ ਪਹਿਲਾਂ ਰਿਹਾ ਤੁਸੀਂ ਇਹਨੂੰ ਛੱਡ ਕਾਹਤੋਂ ਦਿੱਤਾ ਅਸੀਂ ਪਰਿਵਾਰ ਨੂੰ ਕਿਹਾ ਵੀ ਤੁਸੀਂ ਲੈ ਕੇ ਆਓ ਸਾਡੇ ਕੋਲੇ ਆਪਾਂ ਦੁਬਾਰਾ ਸ਼ੁਰੂ ਕਰਾਉਂਦੇ ਟ੍ਰੀਟਮੈਂਟ ਤਾਂ ਪਰਿਵਾਰ ਕਹਿੰਦਾ ਵੀ ਸਾਡੇ ਹੱਥ ਖੜੇ ਆ ਸਾਡੇ ਆਖੇ ਨਹੀਂ ਆਉਂਦਾ ਘਰ ਦੇ ਵਿੱਚ ਇੱਕ ਬੇਟੀ ਤੇ ਇੱਕ ਵਾਈਫ ਨੇ ਇਹ ਹਾਲਤ ਇਦਾਂ ਦੀ ਹੋ ਗਈ ਹਾਲਾਂਕਿ ਮੈਂ ਇਸ ਭੈਣ ਨੂੰ ਗਲਤ ਕਹਿੰਦਾ ਇਹਦੇ ਵਿੱਚ ਇਹਦੀ ਗਲਤੀ ਆ ਇਹ ਜਦੋਂ ਇਹ ਲੈ ਕੇ ਆਈ ਆ ਭੈਣ ਅਸੀਂ ਇਹਨੂੰ ਕਿਹਾ ਸੀਗੀਆਂ ਗੱਲਾਂ ਸਮਝਾਈਆਂ ਸੀਗੀਆਂ ਵੀ ਭੈਣੇ ਦੁਬਾਰਾ ਫੇਰ ਨਾ ਕਿਤੇ ਉਹੀ ਹਾਲਾਤ ਬਣ ਜਾਣ ਇਹਦੇ ਪਰ ਉਦੋਂ ਇਹਨਾਂ ਨੇ ਇੱਕ ਨਹੀਂ ਸੁਣੀ ਇਹਨਾਂ ਨੂੰ ਐਂ ਸੀਗਾ ਵੀ ਹੁਣ ਕਮਾਉਣ ਜੋਗਾ ਹੋ ਗਿਆ ਪਰ ਅੱਜ ਸਾਲ ਬਾਅਦ ਸਾਨੂੰ ਪਤਾ ਸਾਰਾ ਹੱਥ ਕੱਟਿਆ ਗਿਆ ਕਿੰਨੀ ਔਖਾ ਕਾਬੂ ਕੀਤਾ ਦਾੜੀ ਪੱਟਤੀ ਉਹਨੇ ਸਤਨਾਮ ਦੀ ਬਾਈ ਨੇ ਗੁੱਸੇ 'ਚ ਆਏ ਨੇ ਅਤੇ ਬਹੁਤ ਮੁਸ਼ਕਿਲ ਨਾਲ ਉਹਨੂੰ ਹੁਣ ਫੜ ਕੇ ਗੱਡੀ 'ਚ ਬਿਠਾਇਆ ਵਾ ਬਹੁਤ ਔਖਾ ਅਤੇ ਹੱਥ ਦੇ ਉੱਤੇ ਨਹੁੰ ਐਡੇ ਐਡੇ ਲੰਬੇ ਵਧੇ ਹੋਏ ਆ ਬਾਈ ਨੇ ਕਿੰਨਾ ਕੁਛ ਪਾਇਆ ਹੋਇਆ ਉਹ ਹੱਥ 'ਤੇ ਵੱਜਿਆ ਹੱਥ ਦੇ ਉੱਤੇ ਕੱਟ ਲੱਗ ਗਿਆ ਅਤੇ ਪਰ ਇਹ ਸਾਡੀ ਡਿਊਟੀ ਆ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਪਰ ਦੁੱਖ ਇਸ ਗੱਲ ਦਾ ਵੀ ਜਦੋਂ ਬੰਦੇ ਸਾਡੇ ਕੋਲ ਠੀਕ ਹੋ ਕੇ ਚਲੇ ਜਾਂਦੇ ਨੇ ਫਿਰ ਉਸ ਤੋਂ ਅਗਲੀ ਡਿਊਟੀ ਆ ਜਿਹੜੀ ਪਰਿਵਾਰ ਦੀ ਬਣਦੀ ਆ ਜਾਂ ਤਾਂ ਪਰਿਵਾਰ ਉਹਨੂੰ ਸੰਭਾਲੇ ਉਹਦੀ ਪ੍ਰੋਪਰ ਦਵਾਈ ਚੱਲੇ ਜਾਂ ਫਿਰ ਉਹ ਲੈ ਕੇ ਨਾ ਜਾਣ ਉਹਨਾਂ ਟਾਈਮ ਜਿੰਨਾ ਟਾਈਮ ਹਜੇ ਉਹ ਸੰਭਾਲਣ ਯੋਗ ਨਹੀਂ ਹੁੰਦੇ ਗੇ ਪਰ ਕਈ ਪਰਿਵਾਰਾਂ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਸਾਡੇ ਕੋਲੋਂ ਬਹੁਤ ਸਾਰੇ ਬੰਦੇ ਐਂ ਲੈ ਕੇ ਗਏ ਨੇ ਜਿਹੜੇ ਠੀਕ ਹੋ ਜਾਂਦੇ ਨੇ ਉਸ ਤੋਂ ਬਾਅਦ ਉਹ ਲੈ ਜਾਂਦੇ ਨੇ ਘਰ ਉਹਨਾਂ ਨੂੰ ਐਂ ਹੁੰਦਾ ਵੀ ਹੁਣ ਇਹ ਘਰ ਦੇ ਕੰਮ ਕਰਨ ਯੋਗਾ ਹੋ ਗਿਆ ਪਰ ਉਹ ਘਰ ਦੇ ਵਿੱਚ ਆ ਕੇ ਦੁਬਾਰਾ ਜਿਹੜਾ ਡਿਪਰੈਸ਼ਨ ਦਾ ਕਾਰਨ ਪਹਿਲਾਂ ਬਣਿਆ ਹੁੰਦਾ ਕੋਈ ਨਾ ਕੋਈ ਡਿਪਰੈਸ਼ਨ ਦਾ ਕਾਰਨ ਬਣਦਾ ਜਾਂ ਤਾਂ ਬਲੱਡ 'ਚ ਹੁੰਦੀ ਹੈ ਬਿਮਾਰੀ ਜਾਂ ਕੋਈ ਘਰ ਦੇ ਹਾਲਾਤ ਇੱਦਾਂ ਦੇ ਹੋ ਜਾਂਦੇ ਆ ਬੰਦਾ ਸਹਿਣ ਨਹੀਂ ਕਰ ਪਾਉਂਦਾ ਤਾਂ ਉਹ ਦੁਬਾਰਾ ਫਿਰ ਉਹਨਾਂ ਹਾਲਾਤਾਂ 'ਚ ਚਲੇ ਜਾਂਦਾ ਅਤੇ ਉਹ ਹਾਲਾਤ ਫਿਰ ਇੱਦਾਂ ਦੇ ਹਾਲਾਤ ਬਣਾ ਦਿੰਦੇ ਨੇ ਦੁਬਾਰਾ ਅਤੇ ਅੱਜ ਅਸੀਂ ਹਰਬੰਸ ਸਿੰਘ ਟੋਨੀ ਬਾਈ ਨੂੰ ਬੜੀ ਮੁਸ਼ਕਿਲ ਨਾਲ ਇੱਥੋਂ ਲੈ ਕੇ ਜਾ ਰਹੇ ਹਾਂ ਜੀ ਰੈਸਕਿਊ ਕਰਕੇ ਸੁਪਨਿਆਂ ਦੇ ਘਰ ਉੱਥੇ ਰਹਿ ਕੇ ਵੀਰ ਦਾ ਇਲਾਜ ਚੱਲੇ ਆਪਣੇ ਚੰਗੇ ਜੀਵਨ ਦੀ ਇਹਦੇ ਦੀ ਕਾਮਨਾ ਕਰਦੇ ਹਾਂ ਅਸੀਂ ਤੁਸੀਂ ਵੀ ਅਰਦਾਸ ਕਰਿਓ ਇੱਕ ਚੰਗਾ ਜੀਵਨ ਬਤੀਤ ਕਰੇ ਬਾਈ ਜਿਹੜੀ ਹਾਲਤ ਦੇ ਵਿੱਚ ਜਿਹੜੀ ਝੁੱਗੀ 'ਚ ਪਿਆ ਸੀ ਤੁਸੀਂ ਉਹ ਵੀ ਤਸਵੀਰਾਂ ਦੇਖ ਰਹੇ ਹੋ ਦੇਖੋ ਕੀ ਹਾਲਤ ਸੀ ਉਹ ਝੁੱਗੀ ਦੇ ਵਿੱਚ ਉੱਥੇ ਬੱਕਰੀ ਸੂਈ ਜਾਂਦੀ ਸੀ ਖੂਨ ਹੀ ਬੱਕਰੀ ਦਾ ਸਾਰਾ ਪਿਆ ਉੱਥੇ ਗੰਦ ਦੇ ਵਿੱਚ ਇਹ ਪੈਂਦਾ ਵਾ ਰਾਤ ਨੂੰ ਸੌਂਦਾ ਵਾ ਅਤੇ ਸਾਰੇ ਇਸ ਏਰੀਏ ਦਾ ਇਲਾਕੇ ਦਾ ਜਿਹੜਾ ਉੱਥੇ ਸਮਾਨ ਆ
ਕੂੜਾ ਕਰਕਟ ਉੱਥੇ ਇਕੱਠਾ ਹੁੰਦਾ ਵਾ, ਉਹਦੇ ਵਿੱਚ ਇਹ ਸੌਂਦਾ। ਉਹਦੇ 'ਚ ਕੁਛ ਲੋਕ ਉੱਦਾਂ ਦੇ ਨੇ ਜਿਹੜੇ ਆਪਦੇ ਲਈ ਕਮਾਈ ਦਾ ਸਾਧਨ ਆ, ਜਿਨ੍ਹਾਂ ਨੇ ਕੂੜੇ ਦੇ ਵਿੱਚੋਂ ਚਾਰ ਪੈਸੇ ਕੱਢਣੇ ਆ, ਵਿਚਾਰਿਆਂ ਨੇ ਪਲਾਸਟਿਕ ਅਲੱਗ ਕਰਦੇ ਆ, ਲਿਫਾਫੇ ਅਲੱਗ ਕਰਦੇ ਆ, ਉਹ ਆਪਣੀ ਰੋਟੀ ਖਾਂਦੇ ਆ ਉਹਦੇ 'ਚੋਂ। ਇਹ ਉੱਥੇ ਮੈਂਟਲੀ ਅਪਸੈਟ ਉਹਨਾਂ ਦੇ ਵਿੱਚ, ਉਹਨਾਂ ਨੂੰ ਵੀ ਹਰਾਸ ਕਰਦਾ, ਉਹਨਾਂ ਨੂੰ ਵੀ ਖਰਾਬ ਕਰਦਾ, ਕਿਸੇ ਨੂੰ ਮਾਰਨ ਪੈਂਦਾ, ਕਿਸੇ ਨੂੰ ਮੰਦਾ ਚੰਗਾ ਬੋਲਦਾ, ਅਤੇ ਇਹ ਇਸੇ ਤਰ੍ਹਾਂ ਸੜਕਾਂ 'ਤੇ ਤੁਰਿਆ ਫਿਰਦਾ। ਅਤੇ ਅੱਜ ਅਸੀਂ ਤਰੀਕ ਹੋ ਗਈ, ਅੱਜ 8 ਤਰੀਕ ਆ, 9 ਜਨਵਰੀ 2024 ਅਸੀਂ ਬਾਈ ਹਰਬੰਸ ਸਿੰਘ ਜੀ ਨੂੰ ਲੈ ਕੇ ਜਾ ਰਹੇ ਸੁਪਨਿਆਂ ਦੇ ਘਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।